ਪਾਣੀ 'ਚ ਡੁੱਬੇ ਹੋਏ ਘਰਾਂ ਦੀਆਂ ਤਸਵੀਰਾਂ ਉਸ ਸ਼ਹਿਰ ਦੀਆਂ ਨੇ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਜੀ ਹਾਂ, ਇੱਥੇ ਲੋਕਾਂ ਦੇ ਘਰਾਂ ਵਿੱਚ ਵੀ ਕਈ ਕਈ ਫੁੱਟ ਪਾਣੀ ਵੜ ਚੁੱਕਿਆ ਹੈ। ਗਲੀਆਂ ਨਦੀਆਂ ਦੀ ਤਰ੍ਹਾਂ ਵਹਿ ਰਹੀਆਂ ਨੇ ਤੇ ਤਸਵੀਰਾਂ ਦੇਖ ਕੇ ਹੀ ਨਜ਼ਰ ਆ ਰਿਹਾ ਹੈ ਕਿ ਮੰਜ਼ਰ ਕਿੰਨਾ ਭਿਆਨਕ ਹੈ, ਖੌਫਨਾਕ ਹੈ। ਲੋਕਾਂ ਦਾ ਜਿੱਥੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਸੀ ਤਾਂ ਹੁਣ ਘਰ ਦੇ ਵਿੱਚ ਵੀ ਲੋਕ ਬੇਹਾਲ ਨੇ, ਕਿਉਂਕਿ ਕਈ ਕਈ ਫੁੱਟ ਪਾਣੀ ਭਰ ਚੁੱਕਿਆ ਹੈ ਘਰਾਂ ਦੇ ਵਿੱਚ ਵੀ, ਤੇ ਚੀਜ਼ਾਂ ਜਿਹੜੀਆਂ ਨੇ ਘਰਾਂ ਦੀਆਂ ਉਹ ਪਾਣੀ 'ਚ ਤੈਰ ਰਹੀਆਂ ਨੇ। ਤਸਵੀਰਾਂ ਤਾਮਿਲਨਾਡੂ ਦੀਆਂ ਨੇ। ਕੇਰਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਤੇ ਹੁਣ ਤਾਮਿਲਨਾਡੂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਤੇ ਲੋਕ ਕੁਝ ਵੀ ਨਹੀਂ ਕਰ ਪਾ ਰਹੇ, ਕਿਉਂਕਿ ਪਹਿਲਾਂ ਹੀ ਗਲੀਆਂ ਦੇ ਵਿੱਚ ਪਾਣੀ ਭਰਿਆ ਹੈ ਜੋ ਘਰਾਂ ਦੇ ਅੰਦਰ ਵੜ ਗਿਆ ਤੇ ਇਸ ਪਾਣੀ ਨੂੰ ਕੱਢਣ ਦਾ ਕੋਈ ਵੀ ਰਾਹ ਨਹੀਂ ਮਿਲ ਰਿਹਾ। ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਜਿੱਥੇ ਦੱਖਣ ਪੱਛਮ ਮੌਨਸੂਨ ਨੂੰ ਲੈ ਕੇ 31 ਮਈ ਦੇ ਆਸ ਪਾਸ ਦਾ ਆਸ਼ੰਕਾ ਜਤਾਈ ਗਈ ਸੀ, ਸੰਭਾਵਨਾ ਸੀ ਕਿ ਬਰਸਾਤ ਹੋਏਗੀ, ਮੌਨਸੂਨ ਸ਼ੁਰੂ ਹੋਏਗਾ, ਪਰ ਉਸ ਤੋਂ ਪਹਿਲਾਂ ਹੀ ਬਰਸਾਤ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਸ਼ਹਿਰਾਂ ਦੇ ਸ਼ਹਿਰ ਹੀ ਪਾਣੀ ਦੇ ਵਿੱਚ ਡੁੱਬਣ ਲੱਗੇ ਨੇ। ਹੁਣ ਤਾਂ ਗਲੀਆਂ ਸੜਕਾਂ ਤੋਂ ਹੁੰਦਾ ਹੋਇਆ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਪਹੁੰਚਿਆ ਤੇ ਚੀਜ਼ਾਂ ਘਰਾਂ ਦੀਆਂ ਪਾਣੀ 'ਚ ਤੈਰਨ ਲੱਗੀਆਂ ਨੇ, ਲੋਕ ਬੇਹਾਲ ਹੋ ਰਹੇ ਨੇ। ਕੇਰਲ ਦੇ ਕਈ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ। ਤਾਮਿਲਨਾਡੂ ਤੋਂ ਬਾਅਦ ਇੱਕ ਰੂਰ ਜ਼ਿਲ੍ਹੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੋਕ ਪਰੇਸ਼ਾਨ ਨੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਇਹ ਬਰਸਾਤ ਦਾ ਪਾਣੀ ਵੜ ਚੁੱਕਿਆ ਹੈ ਜਿਸ ਨੂੰ ਬਾਹਰ ਕੱਢਣ ਦਾ ਕੋਈ ਵੀ ਰਾਹ ਨਹੀਂ ਹੈ। ਇਸ ਦੇ ਨਾਲ ਹੀ ਤੇਜ਼ ਬਰਸਾਤ ਦੇ ਨਾਲ ਜ਼ਮੀਨ ਖਿਸਕਣ ਤੇ ਬਿਮਾਰੀਆਂ ਦੀ ਚਿੰਤਾ ਵੀ ਵੱਧ ਗਈ ਹੈ, ਕਿਉਂਕਿ ਇੱਥੇ ਹਸਪਤਾਲਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਮਹਾਮਾਰੀ ਫੈਲਣ ਵਰਗੀ ਸਥਿਤੀ ਬਣ ਚੁੱਕੀ ਹੈ ਤੇ ਉਸ ਨਾਲ ਨਜਿੱਠਣ ਲਈ ਹਸਪਤਾਲ ਪਹਿਲੇ ਤੋਂ ਹੀ ਤਿਆਰ ਰਹਿਣ। ਹਾਲਾਂਕਿ ਜ਼ਿਲ੍ਹੇ ਦੇ ਵਿੱਚ ਐਮਰਜੈਂਸੀ ਕੇਂਦਰ ਵੀ ਖੋਲ੍ਹੇ ਗਏ ਨੇ ਕਿ ਕਿਸੇ ਜਗ੍ਹਾ 'ਤੇ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ ਮਦਦ ਪਹੁੰਚਾਈ ਜਾ ਸਕੇ। ਪਰ ਤਸਵੀਰਾਂ ਦੇਖ ਕੇ ਹੀ ਹਾਲਾਤ ਬਿਆਨ ਹੋ ਰਹੇ ਨੇ ਕਿ ਕੇਰਲ ਦੇ ਕਈ ਸ਼ਹਿਰਾਂ ਦੇ ਵਿੱਚ ਕਿਸ ਕਦਰ ਭਾਰੀ ਬਰਸਾਤ ਦੇ ਨਾਲ ਤਬਾਹੀ ਮਚੀ ਹੋਈ ਹੈ। ਪਾਣੀ 'ਚ ਡੁੱਬੇ ਹੋਏ ਘਰਾਂ ਦੀਆਂ ਤਸਵੀਰਾਂ ਉਸ ਸ਼ਹਿਰ ਦੀਆਂ ਨੇ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਜੀ ਹਾਂ, ਇੱਥੇ ਲੋਕਾਂ ਦੇ ਘਰਾਂ ਵਿੱਚ ਵੀ ਕਈ ਕਈ ਫੁੱਟ ਪਾਣੀ ਵੜ ਚੁੱਕਿਆ ਹੈ। ਗਲੀਆਂ ਨਦੀਆਂ ਦੀ ਤਰ੍ਹਾਂ ਵਹਿ ਰਹੀਆਂ ਨੇ ਤੇ ਤਸਵੀਰਾਂ ਦੇਖ ਕੇ ਹੀ ਨਜ਼ਰ ਆ ਰਿਹਾ ਹੈ ਕਿ ਮੰਜ਼ਰ ਕਿੰਨਾ ਭਿਆਨਕ ਹੈ, ਖੌਫਨਾਕ ਹੈ। ਲੋਕਾਂ ਦਾ ਜਿੱਥੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਸੀ ਤਾਂ ਹੁਣ ਘਰ ਦੇ ਵਿੱਚ ਵੀ ਲੋਕ ਬੇਹਾਲ ਨੇ, ਕਿਉਂਕਿ ਕਈ ਕਈ ਫੁੱਟ ਪਾਣੀ ਭਰ ਚੁੱਕਿਆ ਹੈ ਘਰਾਂ ਦੇ ਵਿੱਚ ਵੀ, ਤੇ ਚੀਜ਼ਾਂ ਜਿਹੜੀਆਂ ਨੇ ਘਰਾਂ ਦੀਆਂ ਉਹ ਪਾਣੀ 'ਚ ਤੈਰ ਰਹੀਆਂ ਨੇ। ਤਸਵੀਰਾਂ ਤਾਮਿਲਨਾਡੂ ਦੀਆਂ ਨੇ। ਕੇਰਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਤੇ ਹੁਣ ਤਾਮਿਲਨਾਡੂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਤੇ ਲੋਕ ਕੁਝ ਵੀ ਨਹੀਂ ਕਰ ਪਾ ਰਹੇ, ਕਿਉਂਕਿ ਪਹਿਲਾਂ ਹੀ ਗਲੀਆਂ ਦੇ ਵਿੱਚ ਪਾਣੀ ਭਰਿਆ ਹੈ ਜੋ ਘਰਾਂ ਦੇ ਅੰਦਰ ਵੜ ਗਿਆ ਤੇ ਇਸ ਪਾਣੀ ਨੂੰ ਕੱਢਣ ਦਾ ਕੋਈ ਵੀ ਰਾਹ ਨਹੀਂ ਮਿਲ ਰਿਹਾ। ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਜਿੱਥੇ ਦੱਖਣ ਪੱਛਮ ਮੌਨਸੂਨ ਨੂੰ ਲੈ ਕੇ 31 ਮਈ ਦੇ ਆਸ ਪਾਸ ਦਾ ਆਸ਼ੰਕਾ ਜਤਾਈ ਗਈ ਸੀ, ਸੰਭਾਵਨਾ ਸੀ ਕਿ ਬਰਸਾਤ ਹੋਏਗੀ, ਮੌਨਸੂਨ ਸ਼ੁਰੂ ਹੋਏਗਾ, ਪਰ ਉਸ ਤੋਂ ਪਹਿਲਾਂ ਹੀ ਬਰਸਾਤ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਸ਼ਹਿਰਾਂ ਦੇ ਸ਼ਹਿਰ ਹੀ ਪਾਣੀ ਦੇ ਵਿੱਚ ਡੁੱਬਣ ਲੱਗੇ ਨੇ। ਹੁਣ ਤਾਂ ਗਲੀਆਂ ਸੜਕਾਂ ਤੋਂ ਹੁੰਦਾ ਹੋਇਆ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਪਹੁੰਚਿਆ ਤੇ ਚੀਜ਼ਾਂ ਘਰਾਂ ਦੀਆਂ ਪਾਣੀ 'ਚ ਤੈਰਨ ਲੱਗੀਆਂ ਨੇ, ਲੋਕ ਬੇਹਾਲ ਹੋ ਰਹੇ ਨੇ। ਕੇਰਲ ਦੇ ਕਈ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ। ਤਾਮਿਲਨਾਡੂ ਤੋਂ ਬਾਅਦ ਇੱਕ ਰੂਰ ਜ਼ਿਲ੍ਹੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੋਕ ਪਰੇਸ਼ਾਨ ਨੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਇਹ ਬਰਸਾਤ ਦਾ ਪਾਣੀ ਵੜ ਚੁੱਕਿਆ ਹੈ ਜਿਸ ਨੂੰ ਬਾਹਰ ਕੱਢਣ ਦਾ ਕੋਈ ਵੀ ਰਾਹ ਨਹੀਂ ਹੈ। ਇਸ ਦੇ ਨਾਲ ਹੀ
ਤੇਜ਼ ਬਰਸਾਤ ਦੇ ਨਾਲ ਜ਼ਮੀਨ ਖਿਸਕਣ ਤੇ ਬਿਮਾਰੀਆਂ ਦੀ ਚਿੰਤਾ ਵੀ ਵੱਧ ਗਈ ਹੈ ਕਿਉਂਕਿ ਇੱਥੇ ਹਸਪਤਾਲਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਮਹਾਮਾਰੀ ਫੈਲਣ ਵਰਗੀ ਸਥਿਤੀ ਬਣ ਚੁੱਕੀ ਹੈ ਤੇ ਉਸ ਨਾਲ ਨਜਿੱਠਣ ਲਈ ਹਸਪਤਾਲ ਪਹਿਲੇ ਤੋਂ ਹੀ ਤਿਆਰ ਰਹਿਣ। ਹਾਲਾਂਕਿ ਜ਼ਿਲ੍ਹੇ ਦੇ ਵਿੱਚ ਐਮਰਜੈਂਸੀ ਕੇਂਦਰ ਵੀ ਖੋਲ੍ਹੇ ਗਏ ਨੇ ਕਿ ਕਿਸੇ ਜਗ੍ਹਾ ਤੇ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ ਮਦਦ ਪਹੁੰਚਾਈ ਜਾ ਸਕੇ। ਪਰ ਤਸਵੀਰਾਂ ਦੇਖ ਕੇ ਹੀ ਹਾਲਾਤ ਬਿਆਨ ਹੋ ਰਹੇ ਨੇ ਕਿ ਕੇਰਲ ਦੇ ਕਈ ਸ਼ਹਿਰਾਂ ਦੇ ਵਿੱਚ ਕਿਸ ਕਦਰ ਭਾਰੀ ਬਰਸਾਤ ਦੇ ਨਾਲ ਤਬਾਹੀ ਮਚੀ ਹੋਈ ਹੈ।